ਜ਼ਿਮੀਦਾਰ ਤਮੋਸ਼ੀਪਾਲ ਭਰਾਓ ਅਸਲਾਮ ਅਲੈਕੁਮ। ਡਾਕਟਰ ਤਬੱਸਮ ਮੁਨੀਰ, ਵਟਰਨਿੰਗ ਅਫੀਸਰ ਬਾਦਲ ਫਾਰਮ ਕਾੜਾ, ਮਹਿਕਮਾ ਲਾਈਫ ਸਟੋਕ ਹਕੂਮਤ ਪੰਜਾਬ ਤੁਹਾਡੇ ਨਾਲ ਮੁਖਾਤਬ ਹੈ ਅਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਗਰਮ ਮੌਸਮ ਵਿੱਚ ਭੇਡਾਂ ਬੱਕਰੀ ਦੀ ਸਾਂਭ ਸੰਭਾਲ ਅਸਾਂ ਕਿੰਝ ਕਰਨੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ, ਅੱਜ ਕੱਲ੍ਹ ਗਰਮੀ ਦੀ ਸ਼ਦੀਦ ਲਹਿਰ ਚੱਲ ਰਹੀ ਹੈ, ਜਿਹਦੀ ਵਜ੍ਹਾ ਤੋਂ ਨਾ ਸਿਰਫ ਇਨਸਾਨ ਬਲਕਿ ਜਾਨਵਰ ਵੀ ਬੇਹਾਲ ਨੇ। ਸ਼ਦੀਦ ਗਰਮੀ ਦੀ ਵਜ੍ਹਾ ਤੋਂ ਭੇਡਾਂ ਬੱਕਰੀਆਂ 'ਚ ਕੁੱਤੇ ਮੁਦਾਫਤ ਘੱਟ ਜਾਂਦੀ ਹੈ ਅਤੇ ਜਿਹਦੀ ਵਜ੍ਹਾ ਤੋਂ ਬਹੁਤ ਸਾਰੀਆਂ ਬਿਮਾਰੀਆਂ ਹਮਲਾਵਰ ਹੋ ਜਾਂਦੀਆਂ ਨੇ। ਜਿਵੇਂ ਕਿ ਭੇਡਾਂ ਬੱਕਰੀਆਂ 'ਚ ਗਰਮੀ ਦਾ ਬੁਖਾਰ ਹੋ ਜਾਂਦਾ ਹੈ, ਪਸ਼ੂ ਖਾਣਾ ਪੀਣਾ ਘਟਾ ਜਾਂਦੇ ਨੇ ਅਤੇ ਨਾਲੇ ਦਿਨ ਬ ਦਿਨ ਮਾੜੇ ਹੁੰਦੇ ਜਾਂਦੇ ਨੇ। ਗੱਬਨ ਜਾਨਵਰ ਬੱਚਾ ਸੁੱਟਣ ਲੱਗ ਜਾਂਦੇ ਨੇ, ਜਾਨਵਰ ਬੇਹਾਲ ਅਤੇ ਚਮੜੀ ਬੇਰੌਣਕ ਹੋ ਜਾਂਦੀ ਹੈ। ਇਹ ਗਰਮੀ ਦੀ ਸ਼ਦੀਦ ਲਹਿਰ ਦੇ ਅਸਰਾਂ ਤੋਂ ਬਚਣ ਲਈ ਭੇਡਾਂ ਬੱਕਰੀਆਂ ਨੂੰ ਸਾਇਆਦਾਰ ਅਤੇ ਠੰਡੀ ਜਗ੍ਹਾ 'ਤੇ ਰੱਖੋ। ਧੁੱਪ ਦੇ ਵੇਲੇ ਕਦੀ ਵੀ ਜਾਨਵਰ ਨੂੰ ਚਰਾਈ 'ਤੇ ਨਾ ਭੇਜੋ ਅਤੇ ਇਸ ਮੌਸਮ ਵਿੱਚ ਜਾਨਵਰ ਨੂੰ ਚਰਾਈ 'ਤੇ ਭੇਜਣ ਦਾ ਬਿਹਤਰੀਨ ਵੇਲਾ ਸਵੇਰੇ 9 ਵਜੇ ਤੋਂ ਪਹਿਲੇ ਅਤੇ ਸ਼ਾਮੀ 5 ਵਜੇ ਤੋਂ ਬਾਅਦ ਦਾ ਹੈ। ਭੇਡਾਂ ਬੱਕਰੀਆਂ ਨੂੰ ਬੰਨ੍ਹ ਕੇ ਨਾ ਰੱਖੋ ਅਤੇ ਹਰ ਵੇਲੇ ਤਾਜ਼ਾ ਪਾਣੀ ਜਾਨਵਰਾਂ ਦੇ ਕੋਲ ਮੌਜੂਦ ਹੋਣਾ ਚਾਹੀਦਾ ਹੈ। ਖੁਰਲੀਆਂ ਦੇ ਵਿੱਚ ਲੂਣ ਦੇ ਡਲੇ ਰੱਖੋ ਤਾਂ ਕਿ ਜਾਨਵਰ ਨਮਕ ਚੱਟਣ ਅਤੇ ਜ਼ਿਆਦਾ ਪਾਣੀ ਪੀਣ ਅਤੇ ਜਾਨਵਰਾਂ ਵਿੱਚ ਨਮਕਿਆਤ ਅਤੇ ਪਾਣੀ ਦੀ ਕਮੀ ਨਾ ਹੋਏ। ਜਾਨਵਰਾਂ ਨੂੰ ਵੰਡਾ ਅਤੇ ਦਾਣਾ ਠੰਡੇ ਵੇਲੇ ਪਾਓ ਅਤੇ ਦੁਪਹਿਰ ਦੇ ਵੇਲੇ ਜਾਨਵਰਾਂ ਨੂੰ ਪੱਖੇ ਥੱਲੇ ਰੱਖੋ ਅਤੇ ਰਾਤ ਨੂੰ ਖੁੱਲ੍ਹੇ ਆਸਮਾਨ ਥੱਲੇ ਖੁੱਲ੍ਹਾ ਛੱਡੋ। ਭੇਡਾਂ ਬੱਕਰੀਆਂ ਵਾਲੇ ਛੱਪਰੇ ਦੀ ਮੱਟੀ ਦੀ ਮੋਟੀ ਤਹਿ ਨਾਲ ਲਿਪਾਈ ਕਰੋ ਤਾਂ ਕਿ ਸੂਰਜ ਦਾ ਸੇਕਾ ਜਾਨਵਰਾਂ ਤੱਕ ਨਾ ਪਹੁੰਚੇ ਅਤੇ ਛੱਪਰੇ ਨੂੰ ਹਵਾਦਾਰ ਰੱਖੋ। ਜੇ ਜਾਨਵਰਾਂ 'ਚ ਗਰਮੀ ਦਾ ਬੁਖਾਰ ਆਉਣ ਲੱਗ ਜਾਏ ਤਾਂ ਫਿਰ ਜਾਨਵਰਾਂ ਦੇ ਪੀਣ ਵਾਲੇ ਪਾਣੀ 'ਚ ਗਲੂਕੋਜ਼ ਦਾ ਇਸਤੇਮਾਲ ਕਰੋ ਅਤੇ ਨਾਲੇ ਜਾਨਵਰ ਦੇ ਸਿਰੇ 'ਚ ਠੰਡਾ ਪਾਣੀ ਪਾਓ। ਬੁਖਾਰ ਠੀਕ ਨਾ ਹੋਣ ਦੀ ਸੂਰਤ 'ਚ ਮਹਿਕਮਾ ਲਾਈਫ ਸਟੋਕ ਹਕੂਮਤ ਪੰਜਾਬ ਦੀ ਹੈਲਪਲਾਈਨ 08009211 'ਤੇ ਰਾਬਤਾ ਕਰੋ ਤਾਂ ਕਿ ਮੁਤਲਕਾ ਵਟਰਨਰੀ ਡਾਕਟਰ ਤੁਹਾਡੇ ਜਾਨਵਰਾਂ ਦਾ ਮੁਆਇਨਾ ਕਰ ਸਕੇ। ਅਤੇ ਇੱਕ ਹੋਰ ਬਹੁਤ ਜ਼ਰੂਰੀ ਗੱਲ, ਜੇ ਅਗਰ ਹਜੇ ਤੱਕ ਤੁਸੀਂ ਭੇਡਾਂ ਬੱਕਰੀਆਂ 'ਚ ਇੰਟੈਰੋਟੋਕਸੀਮੀਆ ਯਾਨੀ ਕਿ ਅੰਤਰੀਆਂ ਦੇ ਜ਼ਹਿਰ ਦੇ ਫਾਸਦੀ ਟੀਕੇ ਨਹੀਂ ਲਗਵਾਏ ਤਾਂ ਜ਼ਰੂਰ ਲਗਵਾਓ, ਕਿਉਂਕਿ ਸਾਵਣ ਦਾ ਮਹੀਨਾ ਆਉਣ ਵਾਲਾ ਹੈ ਅਤੇ ਇਸ ਮਹੀਨੇ 'ਚ ਜ਼ਿਆਦਾ ਬਾਰਿਸ਼ਾਂ ਹੁੰਦੀਆਂ ਨੇ ਅਤੇ ਇਸ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ। ਇਸ ਬਿਮਾਰੀ 'ਚ ਜਾਨਵਰਾਂ ਦੀਆਂ ਆਂਦਰਾਂ ਗਲਣ ਲੱਗ ਜਾਂਦੀਆਂ ਨੇ, ਉਹਨਾਂ 'ਚ ਸੋਜ ਪੈ ਜਾਂਦੀ ਹੈ ਅਤੇ ਜਾਨਵਰ ਅਚਾਨਕ ਮਰਨਾ ਸ਼ੁਰੂ ਹੋ ਜਾਂਦੇ ਨੇ। ਅਤੇ ਇਸ ਬਿਮਾਰੀ ਦਾ ਸਿਰਫ ਤੋੜ ਕੀ ਹੈ ਕਿ ਅਸੀਂ ਟਾਈਮ ਨਾਲ ਹਿਫਾਜ਼ਤੀ ਟੀਕੇ ਲਗਵਾਈਏ। ਅਤੇ ਇਸ ਬਿਮਾਰੀ ਦੇ ਹਿਫਾਜ਼ਤੀ ਟੀਕੇ ਅਸਾਂ ਹਰ ਬਾਰਿਸ਼ਾਂ ਦੇ ਸੀਜ਼ਨ ਤੋਂ 1 ਮਹੀਨਾ ਪਹਿਲੇ ਜ਼ਰੂਰ ਲਗਵਾਉਣੇ ਨੇ। ਮੋਸ਼ੀਪਾਲ ਭਰਾਓ, ਉਮੀਦ ਹੈ ਤੁਸੀਂ ਇਹਨਾਂ ਗੱਲਾਂ 'ਤੇ ਅਮਲ ਕਰੋਗੇ ਅਤੇ ਇਸ ਦੇ ਨਾਲ ਹੀ ਡਾਕਟਰ ਤਬੱਸਮ ਨੂੰ ਇਜਾਜ਼ਤ ਦਿਵੋ। ਅੱਲਾ ਹਾਫਿਜ਼ ਅਤੇ ਰੱਬ ਰੱਖਾ।